ਹੁਣ ਇੱਕ ਡਿਜੀਟਲ মিডিਆ ਆ ਗਿਆ ਤੇ ਇਹ ਵੀ ਤੁਸੀਂ ਜੇ ਲੱਕੀਆਂ ਤੁਹਾਡੀ ਇੱਕ ਵੀ ਚੀਜ਼ ਕਲਿੱਕ ਕਰਗੇ ਤੁਸੀਂ ਡਿਜੀਟਲੀ ਬਹੁਤ ਵੱਡੇ ਆਰਟਿਸਟ ਹੋ ਜੰਨੀ ਤੁਹਾਡੀ ਲੇਖੀ ਕਵਿਤਾ ਹੈ ਜਾਂ ਕੋਈ ਗਾਣਾ ਹੈ ਇਹ ਦੁੱਖ ਤਾਂ ਸਾਰੀ ਦੁਨੀਆ ਦੁਖੀ ਆ ਦੁੱਖ ਮਤਲਬ ਸਾਰੇ ਸ਼ਾਇਰ ਤਾਂ ਹਿੰਦੇ ਨਾ ਹਾਂਜੀ ਮੁਹੱਬਤ ਸਾਰੇ ਕਰਦੇ ਬਸਾਰੇ ਕਵੀ ਨਹੀਂ ਹੈਗੇ ਇਹ ਹੁੰਦਾ ਗੱਲ ਦੇ ਵਿੱਚੋਂ ਨਿਕਲ ਜਾਣਾ ਇਹ ਕੋਈ ਗੱਲ ਨੂੰ ਆਪਣੇ ਵਿੱਚ ਕਰਨਾ ਜਿਹੜੇ ਕ੍ਰੀਏਟਿਵ ਲੋਕ ਇਹ ਗੱਲ ਨੂੰ ਆਪਣੇ ਵਿੱਚ ਨਹੀਂ ਕੱਢਦੇ ਤੁਹਾਨੂੰ ਜੇ ਪੈਸ਼ਨ ਇਸ਼ਕ ਹੈਗਾ ਜਨੂਨ ਹੈਗਾ ਕਵਤਾਂ ਨਾਲ ਚੰਗੇ ਆਦਮ ਨਾਲ ਸ਼ਾਇਰੀ ਨਾਲ ਚੰਗੀਆਂ ਕਿਤਾਬਾਂ ਨਾਲ ਉਹ ਹੋਣਾ ਜ਼ਰੂਰੀ ਹੈ ਉਦੋਂ ਵੀ ਤਾਂ ਕੁਝ ਨਹੀਂ ਹੋ ਸਕਦਾ ਦਿਲ ਦੀ ਬਸਤੀ ساری ਉਮਰ ਆਬਾਦ ਰਹੇ ਆਪਣਾ ਪਿਆਰ ਹਮੇਸ਼ਾ ਜ਼ਿੰਦਾਬਾਦ ਰਹੇ ਸੌਂ ਗੀਤਾਂ ਦੀ ਮੈਂ ਤਾਂ ਤੁਹਾਨੂੰ ਭੁੱਲਦਾ ਨਹੀਂ ਰੱਬ ਕਰੇ ਤੁਹਾਨੂੰ ਵੀ ਦੇਵੀ ਯਾਦਣ ਸਤਿ ਸ਼੍ਰੀ ਅਕਾਲ ਜੀ ਦਾਨ ਮੀਟ ਦੇਖ ਰਹੇ ਹੋ ਤੁਸੀਂ ਮੈਂ ਅਮਨਪ੍ਰੀਤ ਕੌਰ ਜੀਐਲਪੀਐਲ ਗੋਂਦਾ ਪੰਜਾਬ ਇੱਕ ਪਿੰਡ ਇੱਕ ਕਲਾਕਾਰ ਦੇ ਮੰਚ ਤੇ ਅੱਜ ਇੱਕ ਖਾਸ ਮਹਿਮਾਨ ਪਹੁੰਚੇ ਨੇ ਜਿਨ੍ਹਾਂ ਦੀ ਕਲਮ ਜਿਨ੍ਹਾਂ ਦੀ ਗਾਇਕੀ ਤੇ ਸ਼ਾਇਰੀ ਦਾ ਹਰ ਕੋਈ ਕਾਇਲ ਹੈ ਦੇਵੀ ਮਖਸੂਸਪੁਰੀ ਸਰ ਜਦੋਂ ਅਸੀਂ ਸੁਣਿਆ ਕਿ ਤੁਸੀਂ ਅੱਜ ਇੱਥੇ ਪਹੁੰਚ ਰਹੇ ਹੋ ਸਾਡੇ ਤਾਂ ਮੰਚ ਬਹੁਤ ਖੁਸ਼ੀ ਸੀ ਸੋ ਜਦੋਂ ਤੁਸੀਂ ਖੁਦ ਆਏ ਇੱਥੇ ਜੱਜ ਕੀਤਾ ਤੁਸੀਂ ਕੰਟੈਸਟੈਂਟਸ ਦੇਖੇ ਤਾਂ ਤੁਹਾਨੂੰ ਕਿੰਨੀ ਖੁਸ਼ੀ ਸੀਗੀ ਨਹੀਂ ਬਿਲਕੁਲ ਬਹੁਤ ਚੰਗਾ ਲੱਗਿਆ ਇੱਕ ਤਾਂ ਜਿਵੇਂ ਇਹ ਯੂਨੀਕ ਇੱਕ ਹੈਗਾ ਪ੍ਰੋਜੈਕਟ ਬਈ ਮੋਸਟਲੀ ਇਹ ਪੁਰਾਣੇ ਜਿਹੜੇ ਹੋਰ ਸ਼ੋਜ਼ ਹੁੰਦੇ ਆ ਰੈਲਿਟੀ ਸ਼ੋਜ਼ ਚ ਪੁਰਾਣੇ ਗੀਤ ਗਾਏ ਜਾਂਦੇ ਆ ਇਹ ਬਿਲਕੁਲ ਨਵਾਂ ਕਨਸੈਪਟ ਆ ਵੀ ਗਾਣੇ ਵੀ ਨਵੇਂ ਆ ਨਵੀਆਂ ਕੰਪੋਜੀਸ਼ਨਾਂ ਤੇ ਉਹਦੋਂ ਤਿਆਰ ਕਰਕੇ ਬੱਚੇ ਰਿਹਸਰ ਕਰਕੇ ਗਾ ਰਹੇ ਔਰ ਬਹੁਤ ਚੰਗਾ ਲੱਗਾ ਬੈਠ ਕੇ ਸੁਣੀ ਉਹਨਾਂ ਨੂੰ ਤੇ ਬੜਾ ਕੰਫੀਡੈਂਸ ਨਾਲ ਉਹਨਾਂ ਨੇ ਗਾਇਆ ਕਿਉਂਕਿ ਮੁਸ਼ਕਲ ਹੁੰਦਾ ਕਿ ਨਵੇਂ ਗਾਣੇ ਨੂੰ ਜਿਹੜਾ ਪਹਿਲਾਂ ਕਦੇ ਸੁਣਿਆ ਨਹੀਂ ਦੇਖਿਆ ਨਹੀਂ ਗਾਇਆ ਨਹੀਂ ਉਹ ਕੰਪੋਜੀਸ਼ਨ ਨਵੇਂ ਆ ਹਨਾ ਤੇ ਉਹ ਵਧੀਆ ਤੇ ਬੜਾ ਮਾਹੌਲ ਬੜਾ ਅੱਛਾ ਕਮਾਨ ਸਾਹਿਬ ਨੇ ਸਾਰੀ ਟੀਮ ਨੇ ਚੋਹਾਨ ਸਾਹਿਬ ਸਾਰੇ ਬੜਾ ਤੁਸੀਂ ਜਦੋਂ ਇਸ ਲਈ ਹਾਮੀ ਭਰੀ ਇਸ ਜਜ ਕਰ ਲੈਣੀ ਹੈਨਾ ਤੁਹਾਡਾ ਕੀ ਰੀਜ਼ਨ ਸੀ ਮੀਨ ਮੈਂ ਤਾਂ ਇੱਕ ਹੋਂਦ ਪੁਰਾਣੇ ਮਿੱਤਰਾਂ ਨੂੰ ਮਿਲ ਲੈਣ ਦਾ ਬੰਦਾ ਕੁਮਾਨ ਸਾਹਿਬ ਹੁਣ ਮਤਲਬ ਇੱਕ ਪੰਜਾਬ ਚ ਵੱਡਾ ਨਾਮ ਸੀ ਐਮ ਸੀ ਇਹਦੀ ਕੰਪਨੀ ਰਹੀ ਨਾ ਕਿਟੂ ਭਾਜੀ ਆਪਣੇ ਮਿਊਜ਼ਿਕ ਦੇ ਤੇ ਮੈਨੂੰ ਫੇਰ ਹੁਕਮ ਲਾਇਆ ਇਹਨਾਂ ਨੇ ਕਹਿੰਦੇ ਮੈਂ ਕਿਹਾ ਮੈਂ ਇੱਕ ਦਿਨ ਫੇਰ ਆ ਜੰਨਾ ਤੇ ਬਹੁਤ ਚੰਗਾ ਲੱਗਾ ਕਿਉਂਕਿ ਬਹੁਤ ਚੰਗਾ ਉਦਮ ਹੈ ਉਹਨਾਂ ਪੰਜਾਬੀ ਅਦਾ ਪ੍ਰਚਾਰ ਤੇ ਪਸਾਰ ਹੁੰਦਾ ਸਰ ਜਦੋਂ ਅਸੀਂ ਆਡੀਸ਼ਨਸ 'ਚ ਗਏ ਸੀਗਾ ਤਾਂ ਸੀਗੇ ਤਾਂ ਲਿਖਾਰੀ ਕਹਿੰਦੇ ਸੀਗੇ ਕਿ ਸਾਡੇ ਜਿਹੜੇ ਗੀਤ ਨੇ ਉਹ ਕਾਪੀਆਂ 'ਚ ਹੀ ਲਿਖੇ ਰਹਿ ਜਾਂਦੇ ਨੇ ਪਰ ਇੱਥੇ ਹੁਣ ਚਾਹੇ ਉਹ ਨਵੇਂ ਗੀਤ ਗਾ ਰਹੇ ਨੇ ਜਾਂ ਫਿਰ ਉਹਨਾਂ ਨੂੰ ਆਪਣੇ ਗੀਤ ਗਾਉਣ ਦਾ ਵੀ ਮੌਕਾ ਦਿੱਤਾ ਜਾ ਰਿਹਾ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਤੁਸੀਂ ਵੀ ਸਟਾਰਟ ਕੀਤਾ ਹੋਏਗਾ ਆਪਣੇ ਸਫ਼ਰ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਤੁਹਾਨੂੰ ਵੀ ਸਟਾਰਟਿੰਗ 'ਚ ਥੋੜਾ ਸਟਰਗਲ ਜਾਂ ਸੰਘਰਸ਼ ਦੇਖਣਾ ਪਿਆ ਸੀ ਕਿਸੇ ਵੀ ਫੀਲਡ ਵਿੱਚ ਸ਼ੁਰੂਆਤੇ ਤਾਂ ਹੁੰਦਾ ਹੀ ਤੁਹਾਨੂੰ ਮਤਲਬ ਸਟਾਰਟ ਲੈਣ ਨੂੰ ਤੁਹਾਨੂੰ ਟਾਈਮ ਤਾਂ ਲੱਗਦਾ ਨਾ ਪਰ ਹੁਣ ਇੱਕ ਡਿਜੀਟਲ মিডিਆ ਆ ਗਿਆ ਤੇ ਇਹ ਵੀ ਤੁਸੀਂ ਜੇ ਲੱਕੀਆ ਥੋੜੀ ਇੱਕ ਵੀ ਚੀਜ਼ ਕਲਿੱਕ ਕਰ ਗਏ ਤੁਸੀਂ ਡਿਜੀਟਲੀ ਬਹੁਤ ਵੱਡੇ ਆਰਟਿਸਟ ਹੋ ਜੰਨੇ ਤੁਹਾਡੀ ਲਿਖੀ ਕਵਿਤਾ ਹੈ ਜਾਂ ਕੋਈ ਗਾਣਾ ਹੈ ਨਾ ਤਾਂ ਇੱਕ ਸੌਖਾ ਵੀ ਹੋ ਗਿਆ ਹੈ ਨਾ ਚੰਗਾ ਲੱਗਦਾ ਸੋ ਕਹਿੰਦੇ ਨੇ ਕਿ ਇੱਕ ਜਦੋਂ ਸ਼ਾਇਰ ਜਦੋਂ ਲਿਖਦਾ ਹੈ ਤਾਂ ਮਤਲਬ ਇਸ ਤਰ੍ਹਾਂ ਕਹਿੰਦੇ ਨੇ ਕਿ ਉਹਦੇ ਅੰਦਰ ਨਾ ਦੁੱਖ ਹੋਣਾ ਜ਼ਰੂਰੀ ਹੈ ਤਾਂ ਮੈਂ ਪੁੱਛਣਾ ਚਾਹੁੰਦੀ ਤੁਹਾਨੂੰ ਵੀ ਕੋਈ ਡੂੰਗੀ ਸੱਟ ਲੱਗੀ ਸੀ ਜਾਂ ਫਿਰ ਦੁੱਖ ਹੋਣਾ ਜ਼ਰੂਰੀ ਹੁੰਦਾ ਇੱਕ ਸ਼ਾਇਰ ਦੇ ਅੰਦਰ ਨਹੀਂ ਦੁੱਖ ਤਾਂ ਸਾਰੀ ਦੁਨੀਆ ਦੁਖੀ ਆ ਦੁੱਖ ਮਤਲਬ ਸਾਰੇ ਸ਼ਾਇਰ ਤਾਂ ਹੈ ਨਹੀਂ ਨਾ ਹਾਂਜੀ ਮੁਹੱਬਤ ਸਾਰੇ ਕਰਦੇ ਸਾਰੇ ਕ ਸ਼ਰਾਬ ਬਹੁਤ ਲੋਕ ਪੀਂਦੇ ਆ ਤੇ ਉਹ ਇਹਦਾ ਕੋਈ ਕਨੈਕਸ਼ਨ ਨਹੀਂ ਹੈ ਸ਼ਾਇਰੀ ਨਾਲ ਜਾਂ ਸ਼ਰਾਬ ਨਾਲ ਜਾਂ ਦੁੱਖਾਂ ਤਕਲੀਫਾਂ ਇਹ ਤੁਸੀਂ ਮਹਿਸੂਸ ਕਿਦਾਂ ਕਰਦੇ ਆ ਇੱਕ ਹੁੰਦਾ ਗੱਲ ਦੇ ਵਿੱਚੋਂ ਨਿਕਲ ਜਾਣਾ ਇੱਕ ਹੁੰਦਾ ਗੱਲ ਨੂੰ ਆਪਣੇ ਵਿੱਚ ਹੀ ਕੱਢਣਾ ਜਿਹੜੇ ਕ੍ਰੀਏਟਿਵ ਲੋਕ ਆ ਗੱਲ ਨੂੰ ਆਪਣੇ ਵਿੱਚ ਦੀ ਕੱਢਦੇ ਇਹਨਾਂ ਫਰਕ ਹੁੰਦਾ ਮੈਂ ਇੱਕ ਹੋਰ ਚੀਜ਼ ਜਾਨਣਾ ਚਾਹੁੰਦੀ ਕਿ ਇੱਕ ਲਿਖਾਰੀ ਨੂੰ ਕੀ ਚਾਹੀਦਾ ਕਿਉਂਕਿ ਅਸੀਂ ਸੋ ਖਾਣੀ ਹੈ ਕਿ ਆਪਣੇ ਜਜ਼ਬਾਤ ਜਿਹੜੇ ਇੱਕ ਕਲਮ ਤੇ ਕਲਮ ਦੇ ਰਾਹੀਂ ਹਨਾ ਲੋਕਾਂ ਤੱਕ ਪਹੁੰਚਾਉਣੇ ਤਾਂ ਲਿਖਾਰੀ ਨੂੰ ਇੱਕ ਚਾਹੀਦਾ ਕੀ ਹੈ ਕਿ ਉਹ ਆਪਣਾ ਹੁਨਰ ਜਿਹੜਾ ਜਿਹੜਾ ਵੀ ਆਪਣੀ ਲਿਖਤ ਹੈ ਉਹ ਇਸ ਤਰ੍ਹਾਂ ਲਿਖ ਸਕੇ ਜਿਸ ਤੁਹਾਡੇ ਤੋਂ ਮੈਨੂੰ ਲੱਗਦਾ ਕੋਈ ਵਧੀਆ ਜਵਾਬ ਨਹੀਂ ਸਕਦਾ ਨਹੀਂ ਇਹ ਤਾਂ ਬੱਚੇ ਇਦਾਂ ਵੀ ਇੱਕ ਪ੍ਰੋਸੈਸ ਹੈ ਇੱਕ ਇਹ ਪੂਰਾ ਇੱਕ ਫੀਲਡ ਹੈ ਇਹ ਪੂਰਾ ਇਹ ਆਪਣੇ ਆਪ 'ਚ ਇੱਕ ਸੰਸਾਰ ਹੈ ਇਹਨੂੰ ਐ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਇੱਕ ਦੋ ਸ਼ਬਦਾਂ ਨਾਲ ਨਾ ਇਹਦਾ ਕੋਈ ਤਰੀਕਾ ਨਹੀਂ ਇਹ ਤਾਂ ਤੁਹਾਨੂੰ ਪਹਿਲਾਂ ਪੈਸ਼ਨ ਹੈ ਤੁਹਾਨੂੰ ਜੇ ਪੈਸ਼ਨ ਇਸ਼ਕ ਹੈਗਾ ਜਨੂਨ ਹੈਗਾ ਕਵਿਤਾ ਨਾਲ ਚੰਗੇ ਆਦਮ ਨਾਲ ਸ਼ਾਇਰੀ ਨਾਲ ਚੰਗੀਆਂ ਕਿਤਾਬਾਂ ਨਾਲ ਉਹ ਹੋਣਾ ਜ਼ਰੂਰੀ ਆ ਉਦੋਂ ਵੀ ਤਾਂ ਕੁਝ ਨਹੀਂ ਹੋ ਸਕਦਾ ਤੇ ਉਹਦੇ ਨਾਲ ਫਿਰ ਤੁਹਾਡੀ ਲਗਨ ਵੱਧਦੀ ਆ ਫਿਰ ਤੁਸੀਂ ਇਹ ਦੇਖਦੇ ਆ ਵੀ ਤੁਸੀਂ ਪਹਿਲਾਂ ਤੁਹਾ ਤੋਂ ਪਹਿਲਾਂ ਕੌਣ ਹੋ ਗੁਜ਼ਰੇ ਆ ਹਨਾ ਵੀ ਇਹ ਕਿਹਦਾ ਕੰਮ ਹੋ ਚੁੱਕਾ ਉਹ ਕੰਮ ਤੁਸੀਂ ਸਾਰਾ ਪੜਿਆ ਹੋਵੇ ਵੇਖਿਆ ਹੋਵੇ ਬਾਚਿਆ ਹੋਵੇ ਆਨੰਦ ਮਾਣਿਆ ਹੋਵੇ ਉਹਨੂੰ ਆਪਣੇ ਅੰਦਰ ਵਸਾਇਆ ਹੋਵੇ ਫਿਰ ਕਿਤੇ ਉਹ ਅੰਦਰ ਉੱਜਣ ਫੁੱਟਦੀ ਆ ਸੋ ਅ ਅੱਜ ਸਾਰੇ ਮਾਹੌਲ ਬਾਰੇ ਕੀ ਕਹੋਗੇ ਕਿਉਂਕਿ ਇੱਕ ਕਨਸੈਪਟ ਜਿਹੜਾ ਲੈ ਕੇ ਆਈਡੀਆ ਜਿਹੜਾ ਲੈ ਕੇ ਆਇਆ ਮਹਿਤਾਬ ਚੋਹਾਨ ਜੀ ਤੇ ਜਨਰਲ ਕਮਾਨ ਜੀ ਦੋ ਜਨਰੇਸ਼ਨਸ ਦਾ ਫਿਊਜ਼ਨ ਹੈ ਹੈਨਾ ਇਸ ਸਾਰੇ ਮਾਹੌਲ ਬਾਰੇ ਕੰਟੈਸਟੈਂਟਸ ਬਾਰੇ ਕੀ ਕਹੋਗੇ ਮੈਨੂੰ ਕਹਿੰਦਾ ਚਾਚੇ ਭਤੀਜੇ ਦੀ ਜੋੜੀ ਜਿੰਦਾਬਾਦ ਹੈ ਹੈਨਾ ਕਿ ਕਮਾਨ ਸਾਹਿਬ ਦਾ ਆਪਣਾ ਤਜਰਬਾ ਹੈ ਤੇ ਇਹ ਮਹਿਤਾਬ ਚੋਹਾਨ ਸਾਹਿਬ ਇੱਕ ਯੰਗ ਬੱਚੇ ਹੈ ਬਹੁਤ ਛੋਟੀ ਉਮਰ ਦੇ ਪਰ ਉਹਨਾਂ ਦਾ ਇੱਕ ਲੈਵਲ ਹੈ ਜਿਹੜਾ એનર્ਜੀ ਲੈਵਲ ਹੈ ਇੱਕ ਸੋਚਣ ਦਾ ਤਰੀਕਾ ਇੱਕ ਜਨਰੇਸ਼ਨ ਦੇ ਬਾਅਦ ਹਰੇਕ ਦਾ ਇੱਕ ਆਪਣੀ ਨਵੀਂ એનર્ਜੀ ਆਉਂਦੀ ਨਵਾਂ ਸਟਾਈਲ ਆ ਇਹ ਇੰਡਸਟਰੀ ਵਾਤੇ ਬਹੁਤ ਚੰਗਾ ਹੈ ਜ਼ਰੂਰ ਕੁਝ ਸੁਣਨਾ ਚਾਹਾਂਗੇ ਸਰ ਮੈਂ ਬਸ ਇਹ ਕਹਿਣਾ ਉਹਨਾਂ ਕਿ ਅਕਸਰ ਪ੍ਰੋਗਰਾਮ ਦੇ ਅੰਤ ਤੇ ਮੈਂ ਆਡੀਅנס ਲਈ ਕਹਿਣਾ ਉਹਨਾਂ ਕਿ ਦਿਲ ਦੀ ਬਸਤੀ ਸਾਰੀ ਉਮਰ ਆਬਾਦ ਰਹੇ ਆਪਣਾ ਪਿਆਰ ਹਮੇਸ਼ਾ ਜ਼ਿੰਦਾਬਾਦ ਰਹੇ ਸੌਂ ਗੀਤਾਂ ਦੀ ਮੈਂ ਤਾਂ ਤੁਹਾਨੂੰ ਭੁੱਲਦਾ ਨਹੀਂ ਰੱਬ ਕਰੇ ਤੁਹਾਨੂੰ ਵੀ ਦੇਵੀ ਯਾਦ ਰਹੇ